ਹਾਂਜੀ ਮਿੱਤਰੋ, ਕੀ ਹਾਲ ਚਾਲ ਨੇ? ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਹੋਰ ਸੈੱਟ ਹੋ ਸਾਰੇ? ਤੇ ਮਿੱਤਰੋ, ਅੱਜ ਤੁਹਾਨੂੰ ਕਹੀ ਪਹਿਲਾਂ ਹੀ ਕਹਿ ਰਿਹਾ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਅੱਜ ਆਪਾਂ ਵੀਡੀਓ ਤੁਹਾਡੇ ਖਾਤਰ ਕਾਹਦੀ ਲੈ ਕੇ ਆਏ ਹਾਂ? ਅੱਜ ਵੀਡੀਓ ਲੈ ਕੇ ਆਇਆ ਮਿੱਤਰੋ ਤੁਹਾਡੇ ਖਾਤਰ ਕੰਪਰੈਸਰ ਦੀ। ਕੰਪਰੈਸਰ ਫਿੱਟ ਕਰਦੇ ਹਾਂ ਟਰੈਕਟਰ ਦੇ ਨਾਲ, ਇਹ ਪਾਈਪਾਂ ਪੂਪਾਂ ਸਾਰੀਆਂ ਫਿੱਟ ਕਰਦੇ ਹਾਂ ਉਹਦੀਆਂ। ਅੱਜ ਦੇਖਦੇ ਹਾਂ ਵੀ ਕਿਵੇਂ ਫਿੱਟ ਹੋਣਗੀਆਂ। ਕੰਪਰੈਸਰ ਜਿਹੜਾ ਆਪਾਂ ਕੰਪਰੈਸਰ ਲਿਆਉਂਦਾ ਸੀ ਉਹ, ਤੇ ਆਹ ਦੇਖੋ ਆਹ ਲਿਆਂਦੀ ਆਪਾਂ ਕੱਲ੍ਹ ਇੱਕ ਸਿੱਕ ਨਵੀਂ ਲਿਆਂਦੀ ਇਹ, ਤੇ ਇਹ ਮਿਲੀ ਆਪਾਂ ਨੂੰ 1500 ਦੀ। ਤੇ ਬਾਈ ਹੁਣ ਇਹ ਕਹਿੰਦਾ ਜਿਹੜੀ ਦੁਕਾਨ ਤੇ ਆਪਾਂ ਆਏ ਆ ਸਰਵਿਸ ਸਟੇਸ਼ਨ ਵਾਲੇ ਬਾਈ ਜੀ ਕੋਲੇ ਆਏ ਆ, ਇਹੀ ਕਰਦਾ ਗਾ ਆਪਣਾ ਕੰਮ। ਤੇ ਇਹ ਕਹਿੰਦਾ ਮੈਂ ਇੱਥੋਂ ਤੁਹਾਨੂੰ ਇੱਥੋਂ ਚੱਕ ਕੇ ਲਾ ਦਿੰਦਾ, ਕਹਿੰਦਾ ਕੋਈ ਪੁਰਾਣੀ ਪਈ ਹੋਊ, ਗੱਡੀਆਂ ਗੱਡੀਆਂ ਦਾ ਕੰਮ ਵੀ ਕਰਦਾ ਮਿਸਤਰੀ ਆ। ਤੇ ਬਾਕੀ ਆ ਸਪਰੇ ਹਾਂ ਆਪਾਂ ਮੋੜ ਕੇ ਆਉਣੀ ਮਿੱਤਰੋ, ਇਹ ਕੰਮ ਹੋ ਗਿਆ ਕੈਂਸਲ ਕਿਉਂਕਿ ਆਹ ਜੂ ਪੈਪ ਤੇ ਮੈਂ ਸਪਰੇ ਹਾਂ ਮਾਰੀਆਂ ਸੀ, ਇਹਤੇ ਮੈਂ 4-5 ਸਪਰੇਹਾਂ ਮਾਰਤੀਆਂ ਜੂ ਪੈਪ ਜੀ, ਤੇ ਇਹਤੇ ਮਿੱਤਰੋ ਜ਼ਰ ਫੇਰ ਪੈ ਜਾਂਦੀ ਆ, ਪਤਾ ਨਹੀਂ ਕੀ ਗੱਲ ਆ, ਇਹ ਰੰਗ ਪਤਾ ਨਹੀਂ ਪਤਲਾ ਵਾਲਾ ਹੁੰਦਾ, ਪਤਾ ਨਹੀਂ ਕੀ ਗੱਲ ਆ। ਹੁਣ ਮਹਾਂ ਲਿਆ ਕੇ ਪਾਈ ਆ ਰੰਗ ਕਾਲਾ ਦੂਜਾ, ਇਹਤੇ ਟੈਂਕੀ ਤੇ ਦੂਜਾ ਮਾਰ ਦਿਆਂ ਕਿਹਾ, ਹੁਣ ਪਾਈਪਾਂ ਫਿੱਟ ਕਰਾ ਲਈਏ, ਪਾਈਪਾਂ ਖੋਲ੍ਹ ਕੇ ਆਪਾਂ ਟੈਂਕੀ ਕੱਢ ਲਾਂਗੇ ਬਾਹਰੇ, ਫਿਰ ਦੁਬਾਰੇ ਮਾਰ ਕੇ ਰੇਗ ਮਾਰੇ ਤੇ ਦੁਬਾਰੇ ਫਿਰ ਰੰਗ ਕਰਨ ਲੱਗਾਂਗੇ, ਰੰਗ ਮਾਰਾਂਗੇ ਆਪਾਂ ਬੁਰਸਣਾ ਹੁਣ ਦੂਜਾ। ਤੇ ਹੁਣ ਆਪਣੀ ਗੱਲ ਰਹੇਗੀ ਕੰਪਰੈਸਰ ਦੀ, ਜਿਹੜਾ ਕੰਪਰੈਸਰ ਆ ਮਿੱਤਰੋ, ਇਹ ਕਹਿੰਦਾ ਇੱਕ ਕੇਸ ਹੋ ਗਿਆ ਐਂ ਵੀ ਇਹ ਜਿਹੜਾ ਆਹ ਤੇਲ ਇੱਥੋਂ ਦੀ ਇਹਦੇ ਵਿੱਚ ਜਾਂਦਾ ਹੁੰਦਾ ਤੇਲ ਮਗਲੈਲ, ਇਹ ਹੁਣ ਮਿਸਤਰੀ ਕਹਿੰਦਾ ਕਹਿੰਦਾ ਗੱਡੀ ਦੇ ਲੱਗਿਆ ਹੁੰਦਾ ਟਰੱਕ ਦੇ, ਕਹਿੰਦਾ ਜਦੋਂ ਇਹ ਟਰੱਕ ਦੇ ਤਾਂ ਕਹਿੰਦਾ ਇੰਜਨ 'ਚੋਂ ਤੇਲ ਆਪ ਹੀ ਚੱਕਦਾ ਹੁੰਦਾ, ਇਹ ਇੰਜਨ 'ਚੋਂ ਤੇਲ ਦੇਣਾ ਪੈਂਦਾ ਹੁੰਦਾ ਕਹਿੰਦਾ ਟਰੱਕ ਦੇ, ਇਹਦੇ ਹੁਣ ਆਪਾਂ ਮਿੱਤਰੋ ਤੇਲ ਕਿੱਥੋਂ ਦੇਵਾਂਗੇ? ਤੇ ਹੁਣ ਦੇਖਦੇ ਹਾਂ ਆਪਾਂ ਗੱਡੀ ਵਾਲਾ ਭਾਲਦੇ ਹਾਂ, ਕਾਰ ਵਾਲਾ ਕੋਈ ਉਹ ਲਾਉਣੇ ਆ, ਦੂਜਾ ਜਿਹੋ ਜਿਹਾ ਡਾਇਨਾਸੋਰ ਦੇ ਲੱਗਿਆ ਵਾ ਉਹੋ ਜਿਹਾ ਲਾਵਾਂਗੇ। ਤੇ ਉਹਦੇ ਨਾਲੇ ਤਾਂ ਪੁਲੀ ਹੋਊਗੀ, ਪੁਲੀ ਪਾਉਣ ਦੀ ਆਹ ਕੱਢਣ ਦੀ ਲੋੜ ਨਹੀਂ, ਕੋਈ ਜਗਾੜ ਕਰਨ ਦੀ ਵਾਲਾ ਲੋੜ ਨਹੀਂ, ਉਹ ਦੇਖਦੇ। ਬਾਕੀ ਮਿੱਤਰੋ ਹੁਣ ਦੇਖਦੇ ਹਾਂ ਵੀ ਕੀ ਗੱਲਬਾਤ ਬਣਦੀ ਹੈ, ਕੰਪਰੈਸਰ ਦਾ ਕੰਮ ਹੋ ਗਿਆ ਔਖਾ, ਤੇ ਦੇਖਦੇ ਹਾਂ ਵੀ ਕੰਪਰੈਸਰ ਦੀ ਕੀ ਗੱਲਬਾਤ ਬਣਦੀ ਹੈ। ਬਾਕੀ ਦੇਖਾਂਗੇ ਸਿਸਟਮ ਕੀ ਬਣਦਾ, ਤੇ ਡੈਥ ਰੀਪਰ ਦੇਖੋ ਹੁਣ ਕਹਿੰਦੇ ਬਣਦਾ, ਉਹ ਕਰੇਤਾ ਰੂਤਾ ਬਾਹਲਾ ਪਿਆ ਪਿਆ ਉਹਦੇ ਰੀਲਾਂ ਜੀਆਂ ਬਣਾਉਂਦੇ ਸੀ। ਬਾਕੀ ਦੇਖਦੇ ਹਾਂ ਵੀ ਕੀ ਬਣਦਾ, ਠੰਡ ਬਹੁਤ ਹੈ, ਲੋਈਆਂ ਲਾਈਆਂ ਲੈ ਕੇ ਰੱਖਿਆ ਕਰੋ ਮਿੱਤਰੋ, ਘਰੇ ਬੈਠੇ ਰਿਹਾ ਕਰੋ, ਤੇ ਟੈਂਕੀ ਵੀ ਕਰਤੀ ਕਰਾਂ, ਉਹੀ ਫਿੱਟ ਜੀ ਕਰਤੀ, ਮਹਾਂ ਚੱਲ ਆ ਕੇ ਲਾਉਣੀ ਤਾਂ ਹੈਗੀ ਆ, ਯਾਰ ਲਾ ਕੇ ਤਾਂ ਦੁਬਾਰਾ ਉਹ ਰੰਗ ਕਰਾਂਗੇ। ਤੇ ਹੁਣ ਦੇਖਦੇ ਹਾਂ ਕੀ ਬਣਦਾ ਕੰਪਰੈਸਰ ਦਾ, ਕੀ ਬਣੂ ਮਿਸਤਰੀ ਹੁਣ ਕੰਪਰੈਸਰ ਦੀ ਗੱਲਬਾਤ। ਮਿਸਤਰੀ ਦੋ ਹੋ ਕੇ ਖੜ ਗਏ, ਕਹਿੰਦੇ ਹੁਣ ਦੱਸੋ ਵੀ ਮਿਸਤਰੀ ਸਟੈਂਡ ਤਾਂ ਇੱਥੇ ਬਣੂ, ਇਹਦਾ ਫਿਰ ਇਹਦੇ ਵਿੱਚ ਲਾਈਏ ਕਿ ਇੱਥੇ ਬਾਹਰੇ ਲਾ ਦਈਏ? ਮਿਸਤਰੀ ਵਿੱਚ ਲਾ ਦਈਏ, ਵਿੱਚ ਲਾ ਦੇਣੇ ਉਹ ਤੁਸੀਂ ਮਰਜ਼ੀ ਆ, ਤੂੰ ਕੰਪਰੈਸਰ ਬਾਲ ਕੇ ਦੇ ਹੁਣ ਸਾਨੂੰ ਬੈਲਟ ਵਾਲੇ ਤੋਂ ਕਰਾ ਲੈਣੇ ਫਿੱਟ। ਤੇ ਇੱਥੇ ਪੁਲੀ ਮਿਸਤਰੀ ਆ, ਡਬਲ ਪੁਲੀ ਮਿਲ ਜਾਂਦੀ ਹੈ ਕਿ ਇੱਥੇ ਬੈਲਟ ਕਰਾਉਣੀ? ਪੁਲੀ ਡਬਲ ਪੁਲੀ ਮਿਲ ਜੂਗੀ, ਬੀ ਵਾਲੀ ਡਬਲ ਪੁਲੀ ਪਾ ਦੇਵਾਂਗੇ ਜਾ ਕੱਢ ਕੇ, ਹਨਾ। ਬਸ ਠੀਕ ਹੈ, ਬੈਲਟ ਭਾਈ ਚਲੋ ਫਿਰ ਉਹ ਕਰੋ ਕੰਮ। ਮਿੱਤਰੋ ਆਹ ਕੰਪਰੈਸਰ ਲੈ ਲਿਆ ਹੁਣ, ਇਹ ਕਰਾ ਤਾ ਮਿਸਤਰੀ ਤੋਂ ਫਿੱਟ, ਤੇਲ ਤੂਲੇ ਚ ਪਵਾਤਾ, ਤੇ ਹੁਣ ਲਵਾਉਣੇ ਆ ਉਹ ਖੜਾ ਸਾਹਮਣੇ ਡੈਥ ਰੀਪਰ ਦੁਕਾਨ ਤੇ ਮਿਸਤਰੀ ਦੇ, ਤੇ ਖਰਾਦ ਵਾਲੇ ਦੇ, ਉਹ ਤੋਂ ਕਰਾਉਣੇ ਆ ਫਿੱਟ। ਦੇਖਦੇ ਹਾਂ ਵੀ ਵਿੱਚ ਫਿੱਟ ਕਰਾਈਏ ਕਿ ਬਾਹਰੇ ਫਿੱਟ ਕਰਾਈਏ, ਉਹ ਮਿਸਤਰੀ ਦੇਖਦੇ ਹਾਂ ਵੀ ਕਿਵੇਂ ਸਲਾਹ ਕਰੂਗਾ ਵੀ ਬਾਹਰੇ ਵਧੀਆ ਲੱਗੂਗਾ ਵਿੱਚ। ਤੇ ਓਕੇ ਆ ਗੱਲਬਾਤ, ਇਹ ਜੀ ਆਪਾਂ ਨੂੰ ਇੱਕ ਪੁਲੀ ਲਿਆਉਣੀ ਪੂ, ਹੋਰ ਅਲਟੀਨੇਟਰ ਤੇ ਚੜਾਉਣੀ ਪੂ, ਉਹ ਚੜਾ ਕੇ ਉਹ ਤੇ ਕਰ ਦਿੰਦੇ ਹਾਂ ਫਿੱਟ ਇਹਨੂੰ ਹੁਣ, ਓਕੇ ਆ ਜਾਵਾਂ ਮਿਸਤਰੀ ਕਹਿੰਦਾ। ਤੇ ਹੁਣ ਕਰਦੇ ਹਾਂ ਫਿੱਟ ਡੈਥ ਰੀਪਰ, ਤੇ ਉਹ ਫਿਰਦਾ ਮਿਸਤਰੀ ਤਾਂ ਬੈਲਟ ਲਾਈ ਜਾਂਦਾ ਕਰਾ ਰਹੇ ਹਾਂ ਮਿਸਤਰੀ। ਮਿੱਤਰੋ ਕਹਿੰਦੇ ਆਹ ਮਿਸਤਰੀ ਆ ਮੇਨ, ਕਹਿੰਦੇ ਆਪਣਾ ਹੈੱਡ ਆ ਜਿਹੜਾ ਇਹਨੇ ਫਿੱਟ ਕਰਨਾ ਨਾ ਮਿਸਤਰੀ, ਗੱਲ ਬਣਾ ਦੀ ਹੁਣ ਬੇਇੱਜ਼ਤੀ ਨਾ ਕਰਾ ਦੀ, ਬੰਦੇ ਬਹੁਤ ਦੇਖ ਰਹੇ ਆਪਾਂ ਨੂੰ। ਲੈ ਮਿਸਤਰੀ ਕਹਿੰਦਾ ਕੋਈ ਗੱਲ ਹੀ ਨਹੀਂ, ਤੇ ਆਹ ਕਰਤਾ ਓਕੇ ਮਿਸਤਰੀ, ਇਹ ਆਪ ਹੀ ਲੈ ਕੇ ਆਇਆ, ਕਹਿੰਦਾ ਆਹ ਲਾਉਣਾ ਆਪਾਂ, ਹੈਨਾ। ਉਹ ਦੂਜਾ ਇਹਨੇ ਕਰਤਾ ਫੇਲ, ਕਹਿੰਦਾ ਉਹ ਨਹੀਂ ਸਿਸਟਮ ਲੋਟ ਆਉਂਦਾ, ਕਹਿੰਦਾ ਉਹ ਤੇ ਮਗਲੈਲ ਕਹਿੰਦਾ ਵਿੱਚੋਂ ਚੱਕਣਾ ਪਊ ਟਰੈਕਟਰ ਤੋਂ, ਕਹਿੰਦਾ ਫਿਰ ਗਲਤ ਹੋ ਜੂਗਾ, ਮੈਂ ਕਹਿੰਦਾ ਆਹ ਲਾਉਣੇ ਆਪਾਂ ਗੱਡੀ ਵਾਲਾ।
ਇਹਦੇ ਚ ਮਿੱਤਰੋ ਆਏ ਆ ਜਦੋਂ ਆਪਾਂ ਇਹਦੇ ਵਿੱਚ ਹੀ ਤੇਲ ਪੈਂਦਾ ਗਾ ਮਿੱਤਰੋ ਇਹਦੇ ਚ 200 ਗ੍ਰਾਮ ਉਹਦੇ ਚ ਟਰੈਕਟਰ ਚੋਂ ਚੱਕਣਾ ਪੈਂਦਾ ਤੇ ਆ ਹੁਣ ਪੁਲੀ ਇਹ ਫ੍ਰੀ ਘੁੰਮਦੀ ਆ ਮਿੱਤਰੋ ਇਹਦੇ ਲੱਗੂਗੀ ਸੁੱਚ ਆ ਕਰੰਟ ਤੇ ਹਨਾ ਤਾਰ ਤੇ ਆਹ ਤਾਰ ਤੇ ਸੁੱਚ ਲੱਗ ਗਈ ਜਦੋਂ ਫਿਰ ਆਹ ਨਾਲ ਘੁੰਮਣ ਲੱਗ ਜਾ ਗੁਰੂ ਇਹਦਾ ਆਹ ਚੀਜ਼ ਆ ਜਿਹੜੀ ਇਹਦੇ ਨਾਲ ਹੋ ਕਰੂਗਾ ਹੈ ਮੈਗਨੈਟ ਨਾਲ ਕੰਮ ਕਰਨ ਲੱਗ ਜੂ ਤੇ ਇਹ ਕਰਦੇ ਹੁਣ ਦੇਖਦੇ ਆ ਮਿਸਤਰੀ ਤੋਂ ਪੁੱਛਦੇ ਆ ਵੀ ਇੱਥੇ ਫਿੱਟ ਕਰੀਏ ਬਾਹਰਲੀ ਸੜਕ ਵਿੱਚ ਫਿੱਟ ਕਰੀਏ ਵਿੱਚ ਕਰੀਏ ਚੱਲ ਵਿੱਚ ਕਰ ਦਿੰਦੇ ਫਿਰ ਹੈ ਪੈੜਾ ਲੱਗੂ ਚੱਕ ਲਾਏ ਮਿੱਤਰੋ ਵਿੱਚ ਫਿੱਟ ਕਰਦੇ ਆ ਖੋਲ ਕੇ ਦੇਖਦੇ ਹੁਣ ਲਓ ਵੀ ਮਿੱਤਰੋ ਆਹ ਬੈਲਟ ਆਹ ਲੈਤੀ ਆ ਪੁਲੀ ਇੱਕ ਇਹ ਤੁਹਾਨੂੰ ਦੱਸਦੇ ਆ ਵੀ ਹੁਣ ਕੀ ਕੰਮ ਕਤਰ ਲੈਤੀ ਆ ਇਹ ਕਰਨੀ ਆਪਾਂ ਬੈਲਟ ਇਹ ਅਲਟੀਨੇਟਰ ਦੇ ਨਾਲ ਬੈਲਟ ਕਰਕੇ ਇਹ ਫਿਰ ਉਹਦੇ ਨਾਲ ਹੋ ਜੂ ਇਹਦੇ ਬੈਲਟ ਚੜ ਜੂਗੀ ਆਪਣੀ ਕੰਪਰੈਸਰ ਵਾਲੀ ਇਹਨੂੰ ਆਹ ਵਿੱਚੋਂ ਆਹ ਵੱਢਣਾ ਪਊਗਾ ਇਹਨਾਂ ਕਿਉਂਕਿ ਆਪਾਂ ਉਹ ਨਾਟ ਖੁੱਲਦਾ ਰੱਖਣਾ ਨਾ ਅਲਟੀਨੇਟਰ ਵਾਲਾ ਨਾਟ ਖੁੱਲਦਾ ਰੱਖਾਂਗੇ ਇਹਨੂੰ ਵਿੱਚੋਂ ਵੜਾ ਦਿਆਂਗੇ ਆਹ ਇੰਨੀ ਚਿੱਟੀ ਹੋ ਗਈ ਭੈਣ ਆਹ ਵਿੱਚੋਂ ਵੜਾ ਦਿਆਂਗੇ ਇੰਨੀ ਆਹ ਸੁਰਾਖ ਦਾ ਕਰ ਦਿਆਂਗੇ ਚੌੜਾ ਇਹਨੂੰ ਕਰ ਦਿਆਂਗੇ ਉੱਥੇ ਬੈਲਟ ਠੱਪ ਦਿਆਂਗੇ ਗੱਲਬਾਤ ਓਕੇ ਹੋ ਜੂ ਉਹ ਕਿਹੜਾ ਡੈਥ ਰਿਪਰ ਹੁਣ ਤੁਹਾਨੂੰ ਦਿਖਾਉਣਾ ਵੀ ਕਿਵੇਂ ਬੈਲਟ ਕਰਨੀ ਇਹ ਜਾ ਕੇ ਮਿੱਤਰੋ ਇਹ ਜਿਵੇਂ ਆਪਾਂ ਲੱਗਿਆ ਵਾ ਆਪਣੇ ਡਾਇਨਾਸੌਰ ਤੇ ਲੱਗਿਆ ਵਾ ਸੀ ਉਵੇਂ ਫਿੱਟ ਕਰਨਾ ਉਰੇ ਇਹ ਤੇ ਆਹ ਪੁਲੀ ਆਪਾਂ ਆਹ ਸੁਰਾਖ ਐਂ ਖੁੱਲਦਾ ਰੱਖ ਕੇ ਇਹਦੇ ਵਿੱਚ ਐਂ ਨਾਲ ਪੁਲੀ ਬੈਲਟ ਕਰ ਦਿਆਂਗੇ ਗੱਲਬਾਤ ਹੋ ਜੂ ਓਕੇ ਹਨਾ ਲੈ ਪੁਲੀ ਲਿਆਤੀ ਉਹਨੇ ਉਹ ਕਹਿੰਦਾ ਆਹ ਸੁਰਾਖ ਇਹਦਾ ਚੌੜਾ ਕਰਾ ਦਿਓ ਤੂੰ ਆਹ ਵਿੱਚੋਂ ਵੜ ਦੇ ਇਹਦਾ ਸੁਰਾਖ ਵੀ ਆਪਣਾ ਉਹ ਅਲਟੀਨੇਟਰ ਵਾਲਾ ਜਿਹੜਾ ਪੁਲੀ ਆ ਉਹ ਨਾਟ ਖੁੱਲਦਾ ਰਹੇ ਜੇ ਵੀ ਆਪਣਾ ਸਮਝ ਗਿਆ ਗੱਲ ਤੂੰ ਮੇਰੀ ਇਹਦੇ ਨਾਲ ਬੈਲਟ ਕਰ ਦੇ ਕਹਿੰਦਾ ਪੁਲੀ ਦੇ ਪੁਲੀ ਆਹ ਨਾਟ ਖੁੱਲਦਾ ਰੱਖਣੀ ਗੱਲਾਂ ਬਸ ਵੀ ਸੁਰਾਖ ਚੌੜਾ ਕਰਕੇ ਵਿੱਚੋਂ ਗੋਟੀ ਪਾ ਕੇ ਨਾਟ ਖੁੱਲਦਾ ਹੋ ਜੂ ਆਪਣਾ ਸਮਝ ਗਿਆ ਗੱਲ ਹੋ ਜੂ ਫਿੱਟ ਗੱਲ ਹੁਣ ਤਾਂ ਉਹਨੇ ਵਾਲੀ ਹੋਈ ਆ ਵੀ ਪੁਲੀ ਆਹ ਦੇਖ ਲੈ ਹੁਣ ਬੈਲਟ ਕਿੰਨੇ ਨੰਬਰ ਚੜੂ ਇਹਦੇ ਲਾ ਕੇ ਇੱਥੇ ਆਦਾ ਫਿੱਟ ਕਰਕੇ ਬੈਲਟ ਤਾਂ ਮਿਲ ਜੂ ਬੜੀ ਛੋਟੀ ਫਿੱਟ ਤਾਂ ਟਾਈਟ ਕਰਦਾ ਵੀ ਰੱਖਾਂਗੇ ਆਪਾਂ ਇਹਨੂੰ ਹਾਂ ਹਾਂ ਸਾਰਾ ਕੁਝ ਹੋਊਗਾ ਵਾ ਫਿਰ ਕਰ ਦੇ ਇਹਨੂੰ ਫਿੱਟ ਆਹ ਬੈਲਟ ਕਰ ਲਾ ਆਪਦਾ ਮੈਂ ਉਹਨੇ ਇਹਨੂੰ ਧੋ ਦੇਣਾ ਇਹਦਾ ਕੱਢ ਦੇਣਾ ਮੈਂ ਪਲੱਗ ਆਹ ਥਿੰਬਲ ਕੱਢ ਦੇ ਹਨਾ ਥਿੰਬਲ ਕੱਢ ਚੱਕ ਥਿੰਬਲ ਦੇ ਟਿੱਕ ਖੋਲਣਾ ਹੋਊਗਾ ਫਿਰ ਆਪਾਂ ਅਲਟਰਨੇਟਰ ਖੋਲਣਾ ਪਊ ਖੋਲ ਕੀ ਬੈਲਟ ਹੋ ਅਲਟਰਨੇਟਰ ਤਾਂ ਖੋਲ ਲੈਨੇ ਉਹ ਮਿੱਤਰੋ ਕਰਤਾ ਕਹਿੰਦੇ ਨਵਾਂ ਨਵਾਂ ਜਮਾਨ ਤੇ ਇਧਰ ਮਿਸਤਰੀ ਨੇ ਥੋੜੀ ਜੀ ਆਪਣੀ ਲੈਂਡ ਮਿੱਟ ਵੀ ਇਹਦੀ ਟੇਢੀ ਸੀ ਅਲਟੀਨੇਟਰ ਦੀ ਉਹ ਵੀ ਸਿੱਧੀ ਕਰਤੀ ਤੇ ਪੁਲੀ ਅਲਟੀਨੇਟਰ ਵਾਲੀ ਮਿਸਤਰੀ ਉੱਥੇ ਫੜਾਇਆ ਮਿਸਤਰੀ ਦੂਜੇ ਦੇ ਵੇ ਗੈਸ ਬੈਲਟ ਵਾਲੇ ਦਿਓ ਗੈਸ ਬੈਲਟ ਵਾਲਾ ਬਾਈ ਰੋਟੀ ਖਾਣ ਗਿਆ ਵਾ ਹਜੇ ਆਇਆ ਨਹੀਂ ਮਿਸਤਰੀ ਤੇ ਆਹ ਵੀ ਕਰਤਾ ਆਪਾਂ ਗੈਸ ਬੈਲਟ ਜਦੋਂ ਹੋਊਗਾ ਫਿਰ ਹੀ ਆਪਾਂ ਕੰਮ ਚੱਲੂ ਮਿੱਤਰੋ ਗੈਸ ਬੈਲਟ ਤੋਂ ਬਾਅਦ ਕਿਉਂਕਿ ਗੈਸ ਬੈਲਟ ਜਦੋਂ ਉੱਥੇ ਆਪਾਂ ਅਲਟੀਨੇਟਰ ਕੱਸਤਾ ਉਦੋਂ ਬਾਅਦ ਬਾਹਰਲੀ ਸਾਈਡ ਕੰਪਰੈਸਰ ਲੱਗੂ ਆਪਣਾ ਤੇ ਬਸ ਕੰਪਰੈਸਰ ਵੀ ਲਾਉਣੇ ਫਿਰ ਅਲਟੀਨੇਟਰ ਵਾਲਾ ਮਿੱਤਰੋ ਕਹਿੰਦੇ ਹੁਣ ਪੁਲੀ ਬੈਲਟ ਕਰਨ ਲੱਗੇ ਪੁਲੀ ਘੰਟਾ ਹੋ ਗਿਆ ਗੈਸ ਵੈਲਡ ਨਾਲ ਪੁਲੀ ਵੈਲਡ ਕਰੂ ਮਿਸਤਰੀ ਮਾਂ ਕਰਾਉਣੀ ਤਾਂ ਮੂਦਰੀ ਤੇ ਕਰਾਉਣੀ ਉਹ ਮੁੰਡਾ ਵਿਆਹ ਵਾਲਾ ਹੈ ਅੱਛਾ ਆ ਮਿਸਤਰੀ ਇਹ ਵੀ ਕਰਾਉਣੀ ਆਪਾਂ ਪੁਲੀ ਵੈਲਡ ਇਹੀ ਕਰੂ ਬਸ ਫਿੱਟ ਦੂਜਾ ਨਹੀਂ ਕਰਦਾ ਪੇਂਟ ਪੂੰਟ ਵੀ ਕਰਿਆ ਪੈਦਰ ਐ ਲੈ ਆ ਨਾ ਜੈਂਟਿੰਗ ਮੈਂਟਿੰਗ ਦਾ ਕੰਮ ਵੀ ਪੂਰਾ ਕਰ ਮਿਸਤਰੀ ਵੈਲਡ ਦਾ ਵੀ ਲਾਉ ਵੀ ਇਹ ਵੈਲਡ ਕਰਨ ਲੱਗਿਆ ਗਰਮ ਕਰਕੇ ਇਹੋ ਵੈਲਡ ਮਿਸਤਰੀ ਹੈ ਸਾਰੀ ਗਰਮ ਕਰਨੀ ਮੈਂ ਇਹ ਤਾਂ ਇਹਦਾ ਇੱਥੋਂ ਹੀ ਖੜਾਉਣਾ ਜਿਹਾ ਕਰਾਂ ਟਾਂਕਾ ਜਿਹਾ ਕੀ ਇੱਕ ਵੀ ਹੁਣ ਮੈਨੂੰ ਗੱਲ ਇਹ ਵੀ ਅੱਖਾਂ 'ਚ ਪੈ ਜਾਂਦਾ ਹੁੰਦਾ ਮਿਸਤਰੀ ਕਿ ਪੈਂਦਾ ਨਹੀਂ ਦੂਜਾ ਬੈਲਟ ਹੀ ਪੈਂਦਾ ਹੁੰਦਾ ਅੱਖਾਂ 'ਚ ਕਿ ਇਹ ਵੀ ਪੈ ਜਾਂਦਾ ਹੁੰਦਾ ਇਹ ਪਿਆ ਨਿਕਲਦਾ ਵੀ ਨਹੀਂ ਅੱਛਾ ਨਾ ਜਿਵੇਂ ਉਹ ਦੂਜਾ ਬੈਲਟ ਪੈ ਜਾਂਦਾ ਰਾਤ ਨੂੰ ਕਹਿੰਦੇ ਉਹ ਕੰਮ ਨਹੀਂ ਹੁੰਦਾ ਇਹਦਾ ਹਨਾ ਇਹਦੇ ਕਿੰਨਾ ਝਾਕੀ ਜਾਵੇ ਜੇ ਉਹਦੇ ਚ ਹੋ ਜਾਂਦਾ ਜਦੋਂ ਇਹ ਪੈ ਗਿਆ ਫਿਰ ਘਰ ਛੱਡ ਕੇ ਜਾਣਾ ਪੈਂਦਾ ਘਰ ਛੱਡ ਕੇ ਜਾਣਾ ਪੈਂਦਾ ਕਿੱਧਰ ਜਾਣਾ ਪੈਂਦਾ ਅੱਛਾ ਉਹਦਾ ਚਾਹ ਬਣ ਕੇ ਲੋਟਾ ਜਾਂਦਾ ਇਹ ਫਿਰ ਘਰ ਛੱਡਣਾ ਪੂਰਾ ਗੱਲ ਇਹ ਵੀ ਠੀਕ ਹੈ
ਲਓ ਵੀ ਮਿੱਤਰੋ ਕਰਾ ਲਿਆਂਦੀ ਪੁਲੀ ਫਿੱਟ। ਲੈ ਵੀ ਮਿਸਤਰੀ ਕਿੱਧਰ ਗਿਆ, ਹੈ ਮਿਸਤਰੀ ਕਿੱਧਰ ਨੂੰ ਭੱਜ ਗਿਆ ਆਪਣਾ ਮਿਸਤਰੀ ਭੈਣ। ਆ ਕਰਾਤੀ ਪੁਲੀ ਮਿੱਤਰੋ ਫਿੱਟ, ਦੇਖੋ ਜਮਾਂ ਓਕੇ ਕਰਤੀ ਗੱਲਬਾਤ। ਆ ਵੀ ਲਾਈਨ ਸਹੀ ਕਰਤੀ ਮਿਸਤਰੀ ਨੇ, ਇੱਥੋਂ ਟੇਢਾ ਸੀ ਅਲਟਰਨੇਟ, ਥੋੜ੍ਹਾ ਜਿਹਾ ਐਂ ਕਰਤਾ ਸਿੱਧਾ, ਉਹਦੀ ਲਾਈਨ ਜਮਾਂ ਐਂ ਬਣਾਤੀ, ਇੱਥੋਂ ਆਪਾਂ ਬੈਲਟ ਪਾ ਕੇ ਐਂ ਕਰ ਦੇਣੀ ਆ। ਬਾ ਓਕੇ ਆ ਗੱਲਬਾਤ, ਕੰਪਰੈਸਰ ਵੀ ਓਕੇ। ਮਿਸਤਰੀ ਕਿੱਧਰ ਆ ਜਾ, ਮਿਸਤਰੀ ਆ ਲਿਆਂਦਾ ਭੱਜ ਕੇ, ਉੱਡ ਕੇ ਮਾੜਾ ਜਿਹਾ ਉੱਡ ਕੇ ਉੱਡ ਕੇ ਉੱਡ ਕੇ ਕਰਾ ਲਿਆਂਦਾ ਪਿਆ ਜਾ ਕਰਿਆ, ਕਾਹਦੇ ਕਰਾਂ, ਕਰਦੇ ਫਿੱਟ ਬਣਾ ਦੇ ਗੱਲ ਜਮਾਂ। ਉਹ ਗੱਲ ਤੂੰ ਬਹੁਤ ਵਧੀਆ ਕੀਤੀ ਜਿਹੜਾ ਸੈੱਟ ਕਰਤਾ ਉਹ ਸਿਸਟਮ। ਗੋਲ ਗੋਲ ਕਰ ਕਰ ਰੱਖਦਾ ਬੱਤੀਆਂ, ਦੇਖੋ ਬਸ ਫਿਟਿੰਗ ਚੱਲੀ ਜਾਂਦੀ ਹੈ ਮਿੱਤਰੋ। ਆਹ ਪੱਤੀ ਲਾਤੀ ਇੱਕ, ਇਹਦੇ ਨਾਲ ਉੱਤੋਂ ਪਤਾ ਨਹੀਂ ਕੀ ਕਰੂੰ, ਕੀ ਹਿਸਾਬ ਕਿਤਾਬ, ਕੋਈ ਹਿਸਾਬ 'ਚ ਨਹੀਂ ਆਉਂਦਾ ਕੰਮ, ਦੇਖਦੇ ਹਾਂ ਫਿੱਟ ਕਰੇ ਤੂੰ ਕੀ ਹੋ। ਮਿੱਤਰੋ ਬਹੁਤ ਮੁਸ਼ਕਲਾਂ ਦੇ ਬਾਅਦ ਕਨਫੈਂਸਰ ਕਹਿੰਦੇ ਆਪਣਾ ਫਿੱਟ ਹੋ ਚੁੱਕਿਆ। ਕਨਫੈਂਸਰ ਹੁੰਦਾ ਮਿਸਤਰੀ, ਕਨਫੈਂਸਰ ਕੰਪਰੈਸਰ ਹੁੰਦਾ ਮਾਂ ਕਿਤੇ, ਕਨਫੈਂਸਰ ਹੁੰਦਾ ਭੈਣ ਕਰਤਾ ਫਿੱਟ। ਮਿੱਤਰੋ ਪਹਿਲਾਂ ਸਕੀਮ ਸੀ ਵੀ ਇਹਦੇ ਨਾਲ ਫਿੱਟ ਕਰਨਾ, ਤਾਂ ਹਾਲੇ ਨੈਟਾਂ 'ਚ ਪੱਤੀ ਪਾਈ ਵੀ ਸੀ ਤੁਸੀਂ ਦੇਖੀ ਸੀ, ਉਹ ਤਾਂ ਹਾਲੇ ਨੈਟਾਂ 'ਚ ਫਿਰ ਮਿੱਤਰੋ ਬੈਲਟ ਨਹੀਂ ਇੰਨੀ ਛੋਟੀ ਮਿਲੀ ਸਾਨੂੰ, ਤਾਂ ਕਰਕੇ ਅਸੀਂ ਥੱਲੇ ਨੈਟਾਂ 'ਚ ਪੱਤੀ ਕਰਕੇ ਉਹ ਥੱਲੇ ਬੈਲਡ ਕਰਤਾ, ਸਿਰ 'ਤੇ ਪੈ ਗਈ ਸੀ ਅੱਗ, ਮਚਾਤੇ ਸੀ ਵਾਲ ਅੱਧੇ ਮਚਾਤੇ ਭੈਣ ਨੇ ਉਹ ਮਿਸਤਰੀ, ਸਿਰ 'ਚ ਅੱਗ ਪੈ ਗਈ ਅਤੇ ਆਹ ਕਰਤਾ ਓਕੇ। ਹੁਣ ਬੈਲਟ ਵੀ ਸਹੀ ਹੈ ਅਤੇ ਹੁਣ ਇਹਨੂੰ ਟਾਈਟ ਕਰਨ ਵਾਲੀ ਪੱਤੀ ਲਾਉਣੀ ਹੈ ਨਾ ਮਿਸਤਰੀ, ਤਾਂ ਹਾਂ ਤੋਂ ਲਾਉਣੀ ਹੈ ਟਾਈਟ ਕਰਨ ਵਾਲੀ ਪੱਤੀ ਆਹ ਨਟ 'ਚ ਹੁਣ, ਆਹ ਨਟ 'ਚ ਉਹ ਤੋਂ 'ਚ ਪਾਉਣੀ ਹੈ ਮਿੱਤਰੋ, ਅਤੇ ਬੈਲਟ ਥੱਲੇ ਓਕੇ ਕਰਤਾ, ਦੇਖਦੇ ਹਾਂ ਹੁਣ ਕੀ ਕਰਦਾ ਮਿਸਤਰੀ। ਸ਼ਰਮ ਮਿੱਤਰੋ ਕਰਤਾ ਕੰਪਰੈਸਰ ਬਿਲਕੁਲ ਓਕੇ ਫਿੱਟ ਕਰਤਾ, 675 ਨੰਬਰ ਬੈਲਟ ਪਾਤੀ, ਇੱਥੋਂ ਆਹ ਪੱਤੀ ਪਾਤੀ ਅਤੇ ਥੱਲੇ ਸਿਸਟਮ ਦੇਖੋ ਕਿਹੜੇ ਲੋਟ ਜਗਾਰ ਲਾਇਆ, ਇੱਥੇ ਗਰੈਂਡਰ ਵੱਜਦਾ ਨਹੀਂ ਸੀ ਇੱਥੇ ਤਾਂ ਆਇਆ ਹੋਊਗਾ, ਅਤੇ ਆਹ ਕੱਲ੍ਹ ਨੂੰ ਪੱਤੀ ਦੇਖਦੇ ਹਾਂ ਇੱਥੋਂ ਕਰਦੇ ਹਾਂ, ਅਤੇ ਓਕੇ ਆ ਜਮਾਂ ਬਿਲਕੁਲ, ਅਤੇ ਕੱਲ੍ਹ ਨੂੰ ਪੇਪਾਂ ਪੂਪਾਂ ਇਹਦੀਆਂ ਕਰਦੇ ਹਾਂ ਫਿੱਟ, ਮਾਰੀ ਸੈਲਫ ਮਾੜੀ ਦੇਖੀ ਕੀ ਕਹਿੰਦਾ। ਲਓ ਜੀ ਇਹਦੇ ਮਿੱਤਰੋ ਇੱਥੇ ਲੱਗ ਜੂਗੀ ਸੁੱਚ ਆਹ ਤਾਰਾਂ ਤੋਂ, ਜਦੋਂ ਇਹ ਸੋਚਣ ਆਪਣਿਆ ਕਰਾਂਗੇ ਉਦੋਂ ਆਹ ਘੁੰਮਣ ਲੱਗ ਜਾ ਕਰੂ, ਇਹਦੇ ਵਿੱਚ ਚੁੰਬਕ ਹੁੰਦੀ ਆ ਕਲੱਚ ਹੁੰਦਾ ਇਹਦਾ, ਜਦੋਂ ਇਹ ਘੁੰਮਣ ਲੱਗ ਗਿਆ ਉਦੋਂ ਕੰਪਰੈਸਰ ਕੰਮ ਕਰਨ ਲੱਗ ਜਾ ਕਰੂ, ਹੁਣ ਫ੍ਰੀ ਘੁੰਮਦਾ ਜਮਾਂ ਇਹ, ਕੋਈ ਤਾਂ ਲੋੜ ਨਹੀਂ ਕੁਛ ਨਹੀਂ, ਫ੍ਰੀ ਆ ਇਕੱਲੀ ਆ ਗਰਾਰੀ ਘੁੰਮਦੀ ਆ ਅਤੇ ਪੁਲੀ ਘੁੰਮਦੀ ਆ ਇਕੱਲੀ ਬੈਲਟ ਨਾਲ, ਇਹ ਚੱਲਦਾ ਪੂਰਾ ਓਕੇ ਆ ਗੱਲਬਾਤ। ਅਤੇ ਮਿਸਤਰੀ ਦੀ ਦੁਕਾਨ ਨਾਂ ਨੂੰ ਮਿਸਤਰੀ ਨੇ ਕੋਈ ਲਿਖਿਆ ਨਹੀਂ, ਅਤੇ ਤਪਾ ਮੰਡੀ ਤੋਂ ਤਪੇ ਤੋਂ ਜਦੋਂ ਬਰਨਾਲੇ ਨੂੰ ਜਾਂਦੇ ਆਹ ਰੋਡ ਆ, ਆਹ ਰਾਮਪਰੇ ਨੂੰ ਜਾਂਦਾ ਅਤੇ ਇੱਧਰ ਬਰਨਾਲਾ ਆ ਗਿਆ, ਇਹ ਰੋਡ ਦੇ ਉੱਤੇ ਮਿਸਤਰੀ ਦੀ ਦੁਕਾਨ ਆ। ਕੀ ਨਾਂ ਮਿਸਤਰੀ ਆਪਣੀ ਦੁਕਾਨ ਦਾ, ਨਾਂ ਨੂੰ ਨਹੀਂ ਲਿਖਿਆ ਤੂੰ ਕੋਈ, ਪਿਰਤਪਾਲ ਦੀ ਦੁਕਾਨ ਪੁੱਛ ਰਹੇ ਹੋ ਮਿੱਤਰੋ, ਜਿਹਨੂੰ ਮਰਜ਼ੀ ਬੈਲਡ ਦਾ ਕੰਮ ਖਰਾਬ ਦਾ ਕੰਮ ਬਿਲਕੁਲ ਓਕੇ ਆ ਬਾਈ ਦਾ, ਜਮਾਂ ਫਿਰਾ ਕਰਾਉਂਦਾ। ਅਤੇ ਹੁਣ ਚੱਲਦੇ ਹਾਂ ਪਿੰਡ ਨੂੰ, ਦੇਖ ਰਹੇ ਹਾਂ ਪਿੰਡ ਜਾ ਕੇ ਟੈਂਕੀ ਦਾ ਵੀ ਕੰਮ ਕਾਰ ਕਰਦੇ ਹਾਂ, ਕੋਈ ਟੈਂਕੀ 'ਤੇ ਵੀ ਦੇਖ ਰਹੇ ਹਾਂ, ਗਰੈਂਟਰ ਮਾਰ ਦਿੰਦੇ ਹਾਂ ਗਰੈਂਟਰ ਨਾਲ ਰਗੜ ਕੇ ਟੈਂਕੀ ਸਮਾਰ ਕੇ, ਅਤੇ ਉੱਥੇ ਵੀ ਦੇਖ ਰਹੇ ਹਾਂ ਕਰਦੇ ਹਾਂ ਰੰਗ ਰੁੰਗ ਦੂਜਾ ਲਿਆ ਕੇ ਆਪਾਂ, ਅਤੇ ਹੁਣ ਚੱਲਦੇ ਹਾਂ ਪਿੰਡ ਨੂੰ, ਓਕੇ ਆ ਗੱਲਬਾਤ। ਜਮਾਂ ਡਾ ਸਲੀਪਰ ਦੀ ਕਹਿੰਦੇ ਗੱਲਬਾਤ ਬਣ ਗਈ, ਹੁਣ ਕੱਲ੍ਹ ਨੂੰ ਪਾਈਪਾਂ ਪੂਪਾਂ ਇਹਦੀਆਂ ਫਿਟਿੰਗ ਕਰਾ ਲੈਂਦੇ ਹਾਂ, ਕਿਹੜੇ ਹਿਸਾਬ ਨਾਲ ਕਰਾਉਣੀਆਂ ਉਹ ਦੇਖਦੇ ਹਾਂ, ਚੈੱਕ ਸੁੱਕੂ ਵੀ ਲਾਉਣੇ ਉੱਥੇ, ਹੱਥ ਸਾਰਾ ਕੁਝ ਕਰਾਵਾਂਗੇ ਕੱਲ੍ਹ ਨੂੰ, ਪਰਸੋਂ ਨੂੰ ਅਤੇ ਪਰਸੋਂ ਨੂੰ ਲਾ ਦੇਣੇ ਸਾਰਨ, ਬਾਕੀ ਕੰਮ ਓਕੇ ਆ। ਵੱਡਾ ਡਰਾਈਵਰ ਉਹ ਤੋੜਦਾ ਪਾਇਪ ਉਹ ਦੇਖ ਲਓ ਤੋੜਦਾ, ਦੇਖੋ ਕਿਹਦਾ ਪਾਇਪ ਤੋੜੀ ਜਾਂਦਾ, ਆਹ ਦੇਖ ਲਓ ਭੁੰਡੀ ਬੈਠਾ ਭੈਣ, ਭੁੰਡੀ ਆ ਪਾਇਪ ਤੋੜੀ ਜਾਂਦਾ ਲੋਕਾਂ ਦੇ ਭੈਣ ਨਾਲ ਵਾਹਣਾ 'ਚ, ਕੋਈ ਗੱਲ ਨੀ ਬਣਾ ਲਈ ਵੀਡੀਓ ਲਾਓ 'ਚ ਮਾਰ, ਹੁਣ ਪਾਇਪ ਤੋੜੀ ਜਾਂਦਾ ਭੈਣ ਨਾਲ ਲੈ ਕੇ ਲੰਡੂ ਜੀ ਜੇ ਸੀ ਵੀ ਇੱਥੇ, ਇਹੋ ਜਿਹੀਆਂ 20 ਪੰਨੀਆਂ ਲਿਆ ਸੀ ਮੇਲੇ 'ਚੋਂ ਲੈ ਲੈ, ਇਹੋ ਜਿਹੀਆਂ 20 ਪੰਨੀਆਂ ਸੀ ਮੇਲੇ 'ਚੋਂ ਲੈ ਲੈ, ਕੀ ਹਵਾ ਕਰਦਾ ਤੂੰ ਇਹਦੀ,
ਭੰਨ ਦਿੰਦਾ ਹੁੰਦਾ ਇਹ ਨੀ ਪਤਾ ਪਲਟਾ ਦੇ ਜਮਾ ਕੰਨੀ ਤੇ ਲਾਈ ਖੜਾ ਪਾ ਇੰਨਾ ਕਰੂ ਕੰਮ ਕਰੂ 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 ਆਓ ਚੱਕ ਊਣਾ ਮਾਰੀ ਕਿਸੇ ਦੇ ਸਿਰ ਚ ਉਹ ਥੱਲੇ ਵਿਚਾਰਾ ਉਹਨੂੰ ਭੰਨ ਦੇ ਕਿਤੇ ਰਾਗੜ ਦੇ ਬਣਿਆ ਫਿਰ ਵੱਡਾ 20 ਤੋੜੀਆਂ ਇਹ ਜਿਹੀਆਂ ਲੈ ਲਿਆ ਸੀ ਮੇਲੇ ਚੋ ਹਾਂ ਲੈ ਕੇ ਭਾਵੇਂ 20 ਰੁਪਏ ਦੀ ਜੇਸੀਬੀ ਜੀ ਹਵਾ ਕਰਦਾ ਹਾਂ ਤੋੜ ਗਿਆ ਭੂੰਡੀ ਘੁਣਸਾਲਾ ਮਾੜੀ ਜੀ ਤੇ ਰਿਪੋਰਟ ਕਰਾ ਕੇ ਥਾਣੇ ਚ ਮੈਂ ਇੰਨੇ ਤੇ ਤੂੰ ਛੱਡਿਆ ਕੀ ਹੈ ਕਿਸੇ ਦਾ ਨਾ ਤੂੰ ਪਿੰਡ ਚ ਕੋਈ ਤਾਰ ਛੱਡਦਾ ਨਾ ਤੂੰ ਬਾਹਰੇ ਛੱਡਦਾ ਤੂੰ ਚਪੇੜੇ ਚਪੇੜੇ ਕਰਦਾ ਹੁਣ ਕੱਲੇ ਚੱਕ ਛੱਡਿਆ ਕੀ ਹੈ ਜਿੱਦਾਂ ਤੂੰ ਜੇਸੀਬੀ ਸਰਕਾਰੀ ਮਾਲ ਤਾਂ ਹੈਗਾ ਜਿੱਦਾਂ ਦਾ ਤੂੰ ਜੇਸੀਬੀ ਚਲਾਉਣ ਲੱਗਿਆ ਤੂੰ ਛੱਡਿਆ ਹੈਗਾ ਬਸ ਹੈ ਲਓ ਮਿੱਤਰੋ ਘਰੇ ਪਹੁੰਚ ਚੁੱਕਿਆ ਇੱਥੇ ਰੀਪਰ ਲੈ ਕੇ ਤੇ ਕੰਪਰੈਸਰ ਦੀ ਫਿਟਿੰਗ ਤੁਹਾਨੂੰ ਪਤਾ ਆਪਾਂ ਕਰਤੀ ਤੇ ਕੱਲ ਨੂੰ ਕਰ ਦੇਣੀਆਂ ਪਾਈਪਾਂ ਪੂਪਾਂ ਫਿੱਟ ਤੇ ਬਾਕੀ ਗੱਲਬਾਤ ਓਕੇ ਆ ਤੇ ਹੁਣ ਤੇ ਬਸ ਕੱਪੜਾ ਕੁਪੜਾ ਪਾ ਕੇ ਖੜਾਉਣੇ ਤੇ ਕੰਨ ਆਊਟਲੈਟ ਲੈ ਗਈ ਮਿੱਤਰੋ ਫੈਵੀਕੁਕ ਲਿਆ ਕੇ ਕੱਲ ਨੂੰ ਇਹ ਵੀ ਲਾਉਣੀ ਪਊਗੀ ਫੈਵੀਕੁਕ ਮਤਲਬ ਸ਼ਾਇਦ ਪਈ ਇੱਕ ਦੀ ਡੱਬੀ ਜੀ ਘਰੇ ਬਾਕੀ ਦੇਖਦੇ ਹਾਂ ਇਹ ਅੱਜ ਪੱਟੀ ਗਈ ਮਿਸਤਰੀ ਦੇ ਉੱਥੇ ਇੱਥੋਂ ਕੰਮ ਕਰਦਾ ਸੀ ਮਿਸਤਰੀ ਤੇ ਆ ਵੀ ਕੱਲ ਨੂੰ ਆਪਾਂ ਦੇਖਦੇ ਹਾਂ ਤੜਕੇ ਪਹਿਲਾਂ ਇਹਦੀ ਕੰਮ ਕਰਦੇ ਹਾਂ ਤੇ ਮਾਰਦੇ ਹਾਂ ਗਰੈਂਡਰ ਤੜਕੇ ਨਹੀਂ ਹਾਂ ਗਰੈਂਡਰ ਮਾਰ ਕੇ ਪਹਿਲਾਂ ਇਹ 'ਤੇ ਰੰਗ ਮਾਰ ਦਿਆਂਗੇ ਦੁਪਹਿਰ ਨੂੰ ਅਸੀਂ ਕੁਝ ਉਦੋਂ ਆਪਾਂ ਮਿਸਤਰੀ ਕੋਲ ਚੱਲ ਪੜਾਂਗੇ ਨਹੀਂ ਪਹਿਲਾਂ ਮਿਸਤਰੀ ਕੋਲ ਜਾਵਾਂਗੇ ਫਿਰ ਆ ਕੇ ਰੰਗ ਕਰ ਲਾਂਗੇ ਦੇਖਦੇ ਹਾਂ ਕਿਵੇਂ ਗੱਲਬਾਤ ਬਣਦੀ ਆ ਕਿਆ ਸਪਰੇਹਾਂ ਜੀਆਂ ਮੋੜਨ ਵਾਲੀਆਂ ਰਹੀਆਂ ਵੀ ਮੋੜ ਕੇ ਆਉਣੇ ਉਹਦੀਆਂ ਅਤੇ ਪਤਾ ਕੱਲ੍ਹ ਨੂੰ ਕਰ ਦੇਣਾ ਫਾਈਨਲ ਸਾਰੀਆਂ ਪੇਪਾਂ ਪੂਪਾਂ ਦਾ ਅਤੇ ਪਰਸੋਂ ਚੌਥੇ ਨੂੰ ਫਿਰ ਦੇਖਦੇ ਹਾਂ ਹਾਰਨ ਹੂਰਨ ਕਰ ਲਿਆਉਣੇ ਆ ਹਾਰਨ ਹੂਰਨ ਵੀ ਕਰਦੇ ਹਾਂ ਫਿੱਟ ਅਤੇ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਦੱਬ ਕੇ ਦੱਬੀ ਰੱਖੋ ਕੰਮ ਹੁਣ ਕਰ ਦਿਓ ਸਬਸਕ੍ਰਾਈਬ ਬਾਬਾ ਸਾਰੇ ਗਾਂ 20-25,000 ਕਰ ਦਿਓ ਡੱਬੀ ਰੱਖੋ ਕੰਮ ਤੁਹਾਡੇ ਖਾਤਾ ਦੇਖ ਲਓ ਸਾਰਾ ਕੁੱਖ ਕਰੀ ਜਾਣੇ ਟਰੈਕਟਰਾਂ ਦਾ ਠੰਡ 'ਚ ਵੀ ਮਰਦੇ ਹੁਣ ਆਇਆ ਹਜੇ ਅਤੇ ਚਲੋ ਮਤਲਬ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।